ਮਲੇਰਕੋਟਲਾ ਪੰਜਾਬ ਦਾ ਇੱਕ ਇਹੋ ਜਿਹਾ ਸੂਬਾ ਜਿਸ ਦੀ ਆਪਣੀ ਵੱਖਰੀ ਪਹਿਚਾਣ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਸਾਰੇ ਤਿਉਹਾਰ ਮਨਾਉਂਦੇ ਹਨ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਵੀ ਇੱਥੇ ਹਰ ਧਰਮ ਦੇ ਲੋਕ ਰਲ ਮਿਲ ਤਿਉਹਾਰ ਮਨਾ ਰਹੇ ਹਨ। ਇੱਥੇ ਮੁਸਲਿਮ ਭਾਈਚਾਰੇ ਵੱਲੋਂ ਸਮਾਨ ਵੇਚਿਆ ਜਾ ਰਿਹਾ ਜਿਸ ਵਿੱਚ ਖਾਸ ਕਰ ਮਿੱਟੀ ਦੇ ਦੀਵੇ ਸ਼ਾਮਿਲ ਹਨ ਅਤੇ ਲੋਕਾਂ ਵੱਲੋਂ ਵੀ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ। ਮਲੇਰਕੋਟਲਾ ਮੁਸਲਿਮ ਬਹੁਗਿਣਤੀ ਵਾਲਾ ਸ਼ਹਿਰ ਹੈ। ਇੱਥੇ ਕੋਈ ਵੀ ਤਿਉਹਾਰ ਹੋਵੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਮਨਾਉਂਦੇ ਹਨ ਅਤੇ ਇੱਕ ਦੂਸਰੇ ਨੂੰ ਉਹਨਾਂ ਤਿਉਹਾਰਾਂ 'ਤੇ ਮਿਠਾਈਆਂ ਦੇ ਕੇ ਖੁਸ਼ੀ ਸਾਂਝੀ ਕਰਦੇ ਹਨ। ਮਲੇਰਕੋਟਲਾ ਵਿੱਚ ਮਿੱਟੀ ਦੇ ਦੀਵੇ ਹਿੰਦੂ ਅਤੇ ਸਿੱਖ ਭਰਾਵਾਂ ਲਈ ਬਣਾ ਕੇ ਵੇਚ ਰਹੇ ਹਨ ਮਲੇਰਕੋਟਲਾ ਦੇ ਬਹੁਤ ਸਾਰੇ ਮੁਸਲਿਮ ਭਾਈਚਾਰੇ ਦੇ ਲੋਕ। ਸ਼ਹਿਰ ਅਤੇ ਪਿੰਡ ਵਾਸੀ ਵੀ ਹੋਰ ਚਾਈਨਾ ਦੀਆਂ ਚੀਜ਼ਾਂ ਨਾਲੋਂ ਮਿੱਟੀ ਦੇ ਦੀਵੇ ਲੈ ਕੇ ਜਾ ਰਹੇ ਹਨ। ਲੋਕ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਮੁਸਲਿਮ ਭਰਾਵਾਂ ਨੇ ਉਹਨਾਂ ਲਈ ਦੀਵੇ ਬਣਾਏ ਹਨ ਅਤੇ ਇਸ ਦੇ ਨਾਲ ਲੋਕਾਂ ਦਾ ਮੰਨਣਾ ਵੀ ਹੈ ਕਿ ਉਹਨਾਂ ਤੋਂ ਦੀਵੇ ਖਰੀਦ ਕੇ ਉਹਨਾਂ ਦੀ ਕਮਾਈ ਵਿੱਚ ਵਾਧਾ ਕਰ ਰਹੇ ਹਨ ਅਤੇ ਉਹ ਪੁਰਾਣੇ ਤਰੀਕੇ ਨਾਲ ਦੀਵਾਲੀ ਮਨਾ ਰਹੇ ਹਨ ਜੋ ਕਿ ਸਾਦਗੀ ਅਤੇ ਪ੍ਰਦੂਸ਼ਣ ਰਹਿਤ ਹੈ। ਅਸੀਂ ਦੀਵਾਲੀ ਦੇ ਤਿਉਹਾਰ 'ਤੇ ਹਰ ਸਾਲ ਦੀ ਤਰ੍ਹਾਂ ਜੋ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ, ਜੋ ਸਾਡਾ ਆਪਸੀ ਭਾਈਚਾਰਕ ਸਾਂਝ ਦੇ ਨਾਲ ਇਹ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ। ਜਿਹੜੇ ਮੁਸਲਮਾਨ ਭਾਈ ਨੇ ਸਾਡੇ, ਉਹ ਵੀ ਇਹ ਮਿੱਟੀ ਦੇ ਦੀਵੇ ਇੱਥੇ ਵੇਚਦੇ ਨੇ। ਅਸੀਂ ਇਹ ਮਿੱਟੀ ਦੇ ਦੀਵੇ ਆ ਜਿਹੜੇ ਉਹ ਖਰੀਦਣ ਆਏ ਹਾਂ ਤਾਂ ਜੋ ਇਹ ਸਾਦਗੀ ਅਤੇ ਬਿਨਾਂ ਪ੍ਰਦੂਸ਼ਣ ਤੋਂ ਅਤੇ ਗਰੀਬ ਲੋਕਾਂ ਦੀ ਲਈ ਵੀ ਇਹ ਚਾਰ ਪੈਸੇ ਬਣ ਸਕਣ ਤਾਂ ਜੋ ਉਹਨਾਂ ਦਾ ਰੁਜ਼ਗਾਰ ਵੀ ਚੱਲੇ। ਔਰ ਅਸੀਂ ਇਹ ਮਿੱਟੀ ਦੇ ਦੀਵੇ ਲਾ ਕੇ ਜਿਵੇਂ ਪੁਰਾਣੀ ਰਵਾਇਤ ਆ ਉਹਦੇ ਮੁਤਾਬਕ ਅਸੀਂ ਦੀਵਾਲੀ ਮਨਾ ਸਕੀਏ। ਅਸੀਂ ਦੀਵੇ ਲੈਣ ਆਏ ਸੀਗੇ, ਦੀਵੇ ਖਰੀਦ ਰਹੇ ਹਾਂ। ਕਿਉਂ ਲੱਗਿਆ ਤੁਹਾਨੂੰ ਇਹ ਵੀ ਜਾਂਦੇ ਹੋਰ ਚੀਜ਼ਾਂ ਨਾਲ ਜਿਹੜੀਆਂ ਲਾਈਟਾਂ ਨੇ ਚਾਈਨਾ ਮੇਡ ਨੇ ਹੋਰ ਰੱਖੀ? ਸਾਨੂੰ ਇਹ ਵਧੀਆ ਲੱਗਦੇ, ਲਾਏ ਵੇ ਵੀ ਵਧੀਆ ਲੱਗਦੇ, ਨਾਲੇ ਇਹਨਾਂ ਦਾ ਰੁਜ਼ਗਾਰ ਆ, ਇਹਨਾਂ ਨੂੰ ਵੀ ਕੁਛ ਕਮਾਈ ਹੁੰਦੀ ਹੈ, ਘਰ ਇਹ ਵੀ ਆਪਦੇ ਤਿਉਹਾਰ ਮਨਾ ਸਕਣਗੇ, ਇਸ ਲਈ ਅਸੀਂ ਇਹੀ ਜ਼ਿਆਦਾ ਪ੍ਰੈਫਰ ਕਰਦੇ ਹਾਂ ਵੀ ਇਹੀ ਲੈ। ਮਲੇਰਕੋਟਲੇ ਦੀ ਖਾਸੀਅਤ ਇਹ ਆ ਵੀ ਸਾਰੇ ਰਲ ਮਿਲ ਕੇ ਤਿਉਹਾਰ ਮਨਾਉਂਦੇ ਨੇ। ਜਿਸ ਤਰ੍ਹਾਂ ਹੁਣ ਇਹ ਦੇਖੋ, ਇਹ ਦੀਵੇ ਵੇਚ ਰਹੇ ਨੇ, ਇਹ ਮੁਸਲਿਮ ਨੇ, ਇਹ ਦੀਵੇ ਵੇਚ ਰਹੇ ਨੇ, ਐਂ ਸਾਰੇ ਤਿਉਹਾਰ ਅਸੀਂ ਵੀ ਇਹਨਾਂ ਦੇ ਤਿਉਹਾਰ ਵਿੱਚ ਉਹ ਕਰਦੇ ਹਾਂ, ਇਹ ਸਾਡੇ ਤਿਉਹਾਰਾਂ ਦੇ ਵਿੱਚ ਉਹ ਸਾਰਾ ਯੋਗਦਾਨ ਦਿੰਦੇ ਨੇ। ਸਾਰੇ ਤਿਉਹਾਰ ਪਹਿਲਾਂ ਵੀ ਇਕੱਠੇ ਸਾਰੇ ਰਲ ਕੇ ਬਣਾਉਂਦੇ ਸੀ, ਹੁਣ ਵੀ ਇਸ ਵਾਰੀ ਬਣਾਉਂਦੇ। ਮਠਿਆਈ ਡੱਬੇ ਡੁੱਬੇ, ਹਾਂਜੀ, ਗਿਫਟਾਂ ਸਾਰੇ ਭਰਾ ਨੂੰ ਦਿੰਦੇ, ਇੱਕ ਦੂਜੇ ਦਿੰਦੇ ਹਾਂ, ਸਾਨੂੰ ਵੀ ਦੇ ਕੇ ਜਾਂਦੇ। ਅੱਜ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੈ ਮਲੇਰਕੋਟਲੇ ਦੇ ਵਿੱਚ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ। ਅੱਛਾ, ਤੁਸੀਂ ਕੀ ਕਰ ਰਹੇ ਹੋ ਫਿਰ? ਅਸੀਂ ਦੀਵੇ ਵੇਚ ਰਹੇ। ਕਿੰਨੇ ਕੁ ਲੋਕ ਨੇ ਜਿਹੜੇ ਲੈ ਕੇ ਜਾ ਰਹੇ ਆ? ਬਹੁਤ ਲੋਕ ਆਏ ਸਵੇਰ ਦੇ, ਪਿੰਡ ਵਾਲੇ, ਸ਼ਹਿਰ ਵਾਲੇ ਬਹੁਤ ਲੈ ਕੇ ਜਾ ਰਹੇ ਹਾਂ। ਮਿਲ ਜੁਲ ਕੇ ਬਹੁਤ ਖੁਸ਼ੀ ਹੈ ਜੀ ਸਾਨੂੰ ਇੱਕ ਦੂਜੇ ਨੂੰ ਅਤੇ ਤਿਉਹਾਰ ਬਣਾ ਕੇ ਭਾਈਆਂ ਨਾਲ, ਸਾਰੇ ਭਾਈਆਂ ਨਾਲ ਇਕੱਠੇ ਹੋ ਕੇ। ਮਲੇਰਕੋਟਲਾ ਤੋਂ ਸੁੱਖਾ ਖੇੜੀ ਵਾਲਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।